रमन अरोड़ा के हक दे विच चोण प्रचार ले डटिया सारा परिवार। लोगों ने भी रमन अरोड़ा नूं जिताउण दा कीता दावा। विधानसभा चोणां नूं लैके चोण दंगल पूरी तरह भखिया होया। चोणां विच दो हफ्तियां तों वी घटदा समां रह चुक्या है, जिस नूं लैके वख-वख पार्टियां दे उम्मीदवारां ने अपने चोण प्रचार तेज कर दिते ने। इसे तरह जलंधर सेंट्रल तों उम्मीदवार रमन अरोड़ा दे हक दे विच चोण प्रचार जोरां शोरां दे नाल चल रहा है। इसे दे ही चलदिआं रमन अरोड़ा दे परिवार वल्लों वी चोण प्रचार लई पूरी वाह लाई होई है, जिन्हां वल्लों हुण रामा मंडी च लोकां नाल राबता कायम करके वध तों वध वोटां पाउण दी अपील कीती गई। ਉੱਥੇ ਲੋਕਾਂ ਨੇ ਵੀ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਹੀ ਜਿਤਾਉਣਗੇ ਕਿਉਂਕਿ ਉਹਨਾਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ, ਕਿਸੇ ਨੇ ਕੋਈ ਵਿਕਾਸ ਨਹੀਂ ਕੀਤਾ। ਏਰੀਏ 'ਚ ਰਮਨ ਅਰੋੜਾ ਜੀ MLA ਦੇ ਪਾਸੋਂ ਖੜੇ ਹੋ ਰਹੇ ਹੋ, ਤੁਸੀਂ ਉਹਨਾਂ ਨੂੰ ਵੋਟ ਪਾਉਣਾ ਚਾਹੋਗੇ? ਹਾਂਜੀ ਜ਼ਰੂਰ ਜੀ, ਜ਼ਰੂਰ। ਕਿਉਂ ਪਸੰਦ ਕਰਦੇ ਹੋ ਉਹਨਾਂ ਨੂੰ? ਅਸੀਂ ਇਸ ਕਰਕੇ ਉਹਨਾਂ ਨੂੰ ਵੋਟ ਪਾਉਣੀ ਚਾਹੁੰਦੇ ਹਾਂ ਕਿਉਂਕਿ ਅਸੀਂ ਸਾਰੀਆਂ ਪਾਰਟੀਆਂ ਦੇਖ ਚੁੱਕੇ ਹਾਂ, ਕਿਉਂਕਿ ਸਾਰੀਆਂ ਪਾਰਟੀਆਂ ਨੇ ਕੋਈ ਨਹੀਂ ਇੱਥੇ ਮਹੱਲੇ ਬਾਰੇ ਸੋਚਿਆ ਹੈਗਾ ਜੀ। ਸੜਕਾਂ ਵੀ ਬਣਾਈਆਂ, ਕਿਸੇ ਕੰਮ ਦੀਆਂ ਸੜਕਾਂ ਨਹੀਂ ਬਣਾਈਆਂ ਇੱਥੇ। ਕੋਈ ਵੀ ਕੰਮ ਹੁੰਦਾ ਆ ਪਿੱਛੇ ਹਟ ਜਾਂਦੇ, ਇਸ ਕਰਕੇ ਅਸੀਂ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਾਂ। ਤੁਹਾਡੇ ਹਿਸਾਬ ਨਾਲ ਰਮਨ ਅਰੋੜਾ ਜੀ MLA ਦੇ ਪਦ 'ਤੇ ਸਹੀ ਆ? ਬਹੁਤ ਹਾਂਜੀ ਸਹੀ ਆ ਜੀ, ਆਪਾਂ ਉਹਨਾਂ ਨੂੰ ਮਿਲੇ ਆ, ਬਹੁਤ ਵਧੀਆ ਕੈਂਡੀਡੇਟ, ਬਹੁਤ ਆਪਾਂ ਤਾਂ ਹਰੇਕ ਨੂੰ ਕਹਿੰਦੇ ਕਿ ਇਹਨਾਂ ਨੂੰ ਕਰੀ ਮੌਕਾ ਜ਼ਰੂਰ ਦੇਣਾ ਚਾਹੀਦਾ ਜੀ ਨਵੀਂ ਪਾਰਟੀ। ਭਾਅ ਜੀ ਕੀ ਨਾਮ ਆਪਣਾ? ਆਰੀਅਨ ਭਾਈ। ਭਾਅ ਜੀ ਤੁਸੀਂ ਆਪਣੀ ਵੋਟ ਕਿਹਨੂੰ ਪਾਉਣਾ ਚਾਹੋਗੇ ਜਲੰਧਰ ਸ਼ਹਿਰ 'ਚ? ਭਾਅ ਜੀ ਅਸੀਂ ਤਾਂ ਇਸ ਟਾਈਮ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਹਾਂ, ਇਸ ਮੌਕਾ ਆਪਾਂ ਆਮ ਆਦਮੀ ਪਾਰਟੀ ਨੂੰ। ਅਤੇ ਤੁਹਾਡੇ ਹਿਸਾਬ ਨਾਲ ਆਮ ਆਦਮੀ ਪਾਰਟੀ ਤੁਹਾਡਾ ਕੰਮ ਕਰੂਗੀ? ਪਤਾ ਕੀ ਭਾਅ ਜੀ, ਇਸ ਟਾਈਮ 'ਤੇ ਆਪਾਂ ਸਾਰੀਆਂ ਪਾਰਟੀਆਂ ਨੂੰ ਦੇਖ ਚੁੱਕੇ ਹਾਂ, ਜਿੱਦਾਂ ਕਿ ਕਾਂਗਰਸ ਵੀ ਦੇਖ ਲਈ ਹੈ, ਅਕਾਲੀ ਵੀ ਦੇਖ ਲਈ ਹੈ, ਠੀਕ ਹੈ ਜੀ। ਕਿਸੇ ਨੇ ਕੋਈ ਕੰਮ ਨਹੀਂ ਕੀਤਾ, ਕੋਈ ਪਿੰਡ ਦਾ ਵਿਕਾਸ ਨਹੀਂ ਹੋਇਆ। ਸਾਡਾ ਹੁਣ ਇੱਕ ਮੌਕਾ ਹੈ ਆਮ ਆਦਮੀ ਪਾਰਟੀ ਨੂੰ, ਸਾਨੂੰ ਪੂਰਾ ਵਿਸ਼ਵਾਸ ਹੈ ਜੀ ਆਮ ਆਦਮੀ ਪਾਰਟੀ ਸਾਡਾ ਕੰਮ ਕਰੇਗੀ। ਜੀ ਕੀ ਨਾਮ ਆਪਣਾ? ਭਾਅ ਜੀ ਤੁਸੀਂ ਹੁਣ ਦੇ ਟਾਈਮ 'ਚ ਕਿਹਨੂੰ ਵੋਟ ਪਾਉਣਾ ਪਸੰਦ ਕਰੂੰਗੇ? ਭਾਅ ਜੀ ਇਸ ਵਾਰ ਆਪਾਂ ਚੇਂਜ ਚਾਹੁੰਦੇ ਹਾਂ, ਇਸ ਵਾਰ ਆਪਾਂ ਭਗਵੰਤ ਮਾਨ ਨੂੰ, ਬਹੁਤ ਗੰਦ ਪਾਇਆ ਇਹਨਾਂ ਨੇ ਦੋਨਾਂ, ਇਸ ਵਾਰ ਆਪਾਂ ਚੇਂਜ ਚਾਹੁੰਦੇ ਹਾਂ ਆਮ ਆਦਮੀ ਪਾਰਟੀ ਸਰਕਾਰ ਹੋਣੀ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। संतान प्राप्ति, कारोबार विच घाटा, विदेश यात्रा विच देरी, पति पत्नी विच क्लेश, पढ़ाई विच मन ना लगना, प्रेम प्यास सिरे ना चढ़ना, कोर्ट कचहरियां दे चक्करां दी परेशानी तो मुक्ति ले पहुंचो मियां बशीर खान जी कोल। एक बार फोन जरूर करो, तुहाडा एक फोन बदल सकदा तुहाडी जिंदगी। प्यार विच धोखा खान वाले प्रेमी प्रेमिका भी एक बार जरूर संपर्क करन। ਹੁਣ ਸੁਪਨੇ ਦੇਖਣਾ ਛੱਡੋ, ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ। ਫੋਨ ਨੰਬਰ 9876800768।